ਜੂਨ 84 ਵਿੱਚ ਸਿੱਖ ਕੌਮ ਉੱਤੇ ਕਹਿਰ ਟੁੱਟਿਆ ਸੀ। ਉਸ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰਵਾਇਆ ਗਿਆ। ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਸਿੱਖ ਕੌਮ 6 ਜੂਨ ਨੂੰ ਉਹਨਾਂ ਸਾਰੇ ਸ਼ਹੀਦਾਂ ਦੀ ਯਾਦਗਾਰ ਦੇ ਤੌਰ ਉੱਤੇ ਮਨਾਉਂਦੇ ਨੇ, ਪਰ ਪਤਾ ਨਹੀਂ ਕਿਉਂ ਦੂਜੇ ਧਰਮਾਂ ਦੇ ਲੋਕ ਜਾਂ ਕਹਿ ਲਓ ਕੁਝ ਸ਼ਰਾਰਤੀ ਅਨਸਰਾਂ ਨੂੰ ਜੂਨ ਦਾ ਮਹੀਨਾ ਆਉਂਦੇ ਹੀ ਢਿੱਡ ਵਿੱਚ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ। ਖਾਸ ਕਰਕੇ ਸ਼ਿਵ ਸੈਨਾ ਦੇ ਕੁਝ ਕਾਰਕੁਨਾਂ ਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰੇ। ਬਸ ਫਿਰ ਕੀ, ਹਰ ਵਾਰ ਦੀ ਤਰ੍ਹਾਂ ਹਰ ਸਾਲ ਜੂਨ ਦੇ ਮਹੀਨੇ ਸ਼ਰਾਰਤੀ ਕਾਰਕੁਨਾਂ ਵੱਲੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਪਤਾ ਨਹੀਂ ਕਿਸੇ ਸ਼ਹਿ ਉੱਤੇ ਸੰਤਾਂ ਦੇ ਪ੍ਰਤੀ ਅਪ ਸ਼ਬਦਾਵਲੀ ਬੋਲੀ ਜਾਂਦੀ ਹੈ, ਉਹਨਾਂ ਦੇ ਪੁਤਲੇ ਸਾੜਨ ਤੱਕ ਦੀ ਗੱਲ ਆਖ ਦਿੱਤੀ ਜਾਂਦੀ ਹੈ, ਜਦੋਂ ਕਿ ਸਿੱਖ ਕੌਮ ਵੱਲੋਂ ਕਦੀ ਵੀ ਕਿਸੇ ਦੂਜੇ ਦੇ ਧਰਮ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜਾਂਦੀ। ਇਸ ਵਾਰ ਫਿਰ ਲੁਧਿਆਣਾ ਤੋਂ ਸ਼ਿਵ ਸੈਨਾ ਦੇ ਇੱਕ ਕਾਰਕੁਨ ਵੱਲੋਂ ਸੋਸ਼ਲ ਮੀਡੀਆ ਉੱਤੇ ਧਮਕੀਆਂ ਦਿੱਤੀਆਂ ਗਈਆਂ ਨੇ, ਜਿਸਦਾ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵੱਲੋਂ ਸ਼ਾਂਤੀਮਈ ਤਰੀਕੇ ਨਾਲ ਠੋਕਵਾਂ ਜਵਾਬ ਦਿੱਤਾ ਗਿਆ। ਭਾਈ ਸਾਹਿਬ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਉਸ ਸ਼ਰਾਰਤੀ ਅਨਸਰ ਨੂੰ ਚੈਲੇਂਜ ਤਾਂ ਦਿੱਤਾ ਹੀ ਹੈ, ਪਰ ਨਾਲ ਹੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਵੀ ਗੱਲ ਆਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਦੁੱਖ ਹੋਇਆ, ਇੱਕ ਲੁਧਿਆਣੇ ਤੋਂ ਬੰਦੇ ਨੇ ਵੀਡੀਓ ਪਾਈ ਹੈ ਜਿਹਦੇ ਵਿੱਚ ਉਹਨੇ ਸਾਰੇ ਸਿੱਖਾਂ ਨੂੰ ਟਾਰਗੇਟ ਕੀਤਾ, ਜਿਹਦੇ ਵਿੱਚ ਉਹਨੇ ਸੰਤਾਂ ਭਿੰਡਰਾਂ ਵਾਲਿਆਂ ਨੂੰ ਬੜੇ ਅਪ ਸ਼ਬਦ ਬੋਲੇ ਜਿਹੜੇ ਕਿ ਅਸੀਂ ਲੋਕ ਸੁਣ ਨਹੀਂ ਸਕਦੇ। ਦੇਖੋ, ਸਾਰਿਆਂ ਨੂੰ ਅਮਨ ਚੈਨ ਪਸੰਦ ਹੈ, ਜੋ ਕੁਝ ਹੋਇਆ ਅਸੀਂ ਵੀ ਕਹਿੰਦੇ ਹਾਂ ਹੋ ਗਿਆ, ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਤੁਸੀਂ ਆਪਿਆਂ ਨੂੰ ਕਰੀ ਜਾਓ। ਪਰ ਦੇਖੋ, ਇੱਕ ਬੰਦਾ ਉੱਠ ਕੇ ਸਾਰੇ ਹਿੰਦੂਆਂ ਨੂੰ ਇਕੱਠਾ ਕਰਕੇ ਆਵਾਜ਼ਾਂ ਦੇ ਰਿਹਾ, ਅਸੀਂ ਇਕੱਠੇ ਹੋ ਕੇ ਪੁਤਲੇ ਫੂਕਾਂਗੇ, ਅਸੀਂ ਇਕੱਠੇ ਹੋ ਕੇ ਇਹ ਕਰਾਂਗੇ। ਕੱਲ੍ਹ ਨੂੰ ਜੇ ਸਿੱਖ ਕੋਈ ਇਕੱਠਾ, ਮਤਲਬ ਕਹਿੰਦੇ ਅੱਤਵਾਦੀ ਹੈ, ਇਹ ਇਕੱਠੇ ਹੋਣ ਇਹ ਵੱਖਵਾਦੀ ਹੈ। ਮੈਂ ਇਸ ਬੰਦੇ ਨੂੰ ਕਹਿਣਾ ਚਾਹੁੰਦਾ, ਮੈਂ ਇਹਦੀ ਵਰਗੀ ਸ਼ਬਦਾਵਲੀ ਬੋਲ ਨਹੀਂ ਸਕਦਾ, ਪਰ ਮੈਨੂੰ ਇਹਦਾ ਰੋਸ ਹੈ ਕਿ ਮੈਂ ਇਹਨੂੰ ਕਹਿੰਦਾ ਤੂੰ ਦੂਜਿਆਂ ਨੂੰ ਕਿਉਂ ਮਰਵਾਉਣਾ, ਤੂੰ ਮੇਰੇ ਨਾਲ ਗੱਲ ਕਰ, ਆਪਾਂ ਦੋਨੇ ਜਾਣੇ ਰਿਜ਼ਲਟ ਕੱਢ ਲਈ, ਇੰਨੇ ਟਾਈਮ ਰੱਖ ਲਾ, 6 ਜੂਨ ਤੋਂ ਪਹਿਲਾਂ ਹੀ ਰੱਖੀ, ਬਹੁਤਾ ਲੇਟ ਨਾ ਕਰੀ। ਆਪਾਂ ਕਿਉਂ ਕਿਸੇ ਨੂੰ ਮਰਵਾਉਣਾ, ਕਿਉਂ ਹਿੰਦੂਆਂ ਦੇ ਬੱਚੇ ਮਰਵਾਉਣੇ, ਕਿਉਂ ਸਿੱਖਾਂ ਦੇ ਮਰਵਾਉਣੇ ਆ? ਜੇ ਤੇਰੇ ਅੰਦਰ ਬਹੁਤ ਜ਼ਿਆਦਾ ਤੈਨੂੰ ਕੋਈ ਕੀੜਾ ਲੜਦਾ ਤਾਂ ਆਪਾਂ ਉਹ ਦਰੁਸਤ ਕਰ ਲੈਂਦੇ ਹਾਂ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਬੱਚੇ ਮਰਨ, ਮੈਂ ਨਹੀਂ ਚਾਹੁੰਦਾ ਕਿਸੇ ਨੂੰ ਮਾਰਨਾ। ਅਮਨ ਚੈਨ ਨਾਲ ਰਹੋ, ਲੋਕ ਇਸ ਵੇਲੇ ਬਿਲਕੁਲ ਅਮਨ ਚੈਨ ਨਾਲ ਰਹਿ ਰਹੇ ਨੇ। ਕਿਉਂ ਤੁਸੀਂ ਇੱਕ ਦੂਜੇ ਨੂੰ ਤੰਗ ਕਰਦੇ ਹੋ? ਹਰ ਵਾਰ 6 ਜੂਨ ਦੇ ਲਾਗੇ ਆਣ ਕੇ ਤੁਹਾਨੂੰ ਇਹ ਅੰਦਰੋਂ ਜੋਸ਼ ਉੱਠਦਾ ਕਿ ਪਤਾ ਨਹੀਂ ਤੁਸੀਂ ਕੀ ਬਣ ਗਏ ਹੋ, ਫਿਰ ਤੁਸੀਂ ਮੂਤਣ ਲੱਗਿਆ ਮਿੰਟ ਨਹੀਂ ਲਾਉਂਦੇ, ਮਾਫੀਆਂ 'ਤੇ ਉਤਰ ਆਉਂਦੇ ਹੋ। ਉਹ ਸਾਡੇ ਸਿੱਖ ਭਰਾ ਵੀ ਬੜੇ ਕਿਰਪਾ ਵਾਲੇ ਨੇ ਕਿ ਤੁਹਾਨੂੰ ਬਖਸ਼ ਵੀ ਦਿੰਦੇ ਨੇ। ਭਾਈ, ਇਹ ਗਲਤ ਗੱਲ ਹੈ ਜਿਹੜੀ ਤੁਸੀਂ ਹਰ ਵਾਰ ਇਹ ਯੋਜਨਾ ਬਣਾਈ ਹੋਈ ਆ ਹਾਈਲਾਈਟ ਹੋਣ ਦੀ, ਸਿਕਿਉਰਟੀਆਂ ਲੈਣ ਦੀ। ਤੁਹਾਨੂੰ ਖੁਦ ਨੂੰ ਕੋਈ ਪ੍ਰੋਬਲਮ ਹੈ ਤਾਂ ਸਾਡੇ ਨਾਲ ਗੱਲ ਕਰੋ, ਰੱਖੋ ਟਾਈਮ। ਤੂੰ ਹੀ ਇਕੱਲਾ ਅਤੇ ਮੈਂ ਵੀ ਇਕੱਲਾ, ਸ਼ਸਤਰ ਨਾਲ ਕਹੇਗਾ ਸ਼ਸਤਰ ਨਾਲ ਆ ਜਾਵਾਂਗੇ, ਹੱਥੋਂ ਹੱਥੀ ਕਹੇਗਾ ਤਾਂ ਹੱਥੋਂ ਹੱਥੀ ਆ ਜਾਵਾਂਗੇ, ਅਤੇ ਦੋਵਾਂ ਜਾਣੇ ਵੇਖ ਲਾਂਗੇ ਕਿਹਦੇ 'ਚ ਕਿਰਪਾ ਵਰਤ ਰਹੀ ਮਹਾਰਾਜ ਦੀ। ਦੋਵਾਂ 'ਚ ਇੱਕ ਹੀ ਜਾਊਗਾ ਘਰ, ਦੋਵੇਂ ਨਹੀਂ ਜਾਵਾਂਗੇ। ਗੱਲ ਕਰ, ਨੰਬਰ ਮੇਰਾ ਵੀ ਨੋਟ ਕਰ, 9814310601 9843101 10641। ਸਿਰਫ ਤੇਰੇ ਬੋਲਣ ਕਰਕੇ ਇਹ ਜਵਾਬ ਹੈ, ਵਰਨਾ ਸਾਡੀ ਕੋਈ ਭਾਵਨਾ ਨਹੀਂ ਹੈ, ਅਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਕਹੀਏ। ਜੇ ਤੂੰ ਸਾਨੂੰ ਚੈਲੰਜ ਕਰਦਾ, ਜੇ ਸਾਨੂੰ ਚੈੱਕ ਕਰਨਾ ਚਾਹੁੰਦਾ ਕਿ ਇਹਨਾਂ 'ਚ ਸਾਹ ਸੱਤ ਬਾਕੀ ਹੈਗਾ ਕਿ ਨਹੀਂ ਹੈਗਾ, ਤਾਂ ਫਿਰ ਆ ਜਾ, ਫਿਰ ਵੇਖ ਲੈਂਦੇ। ਓਕੇ, ਅੰਮ੍ਰਿਤਸਰ ਦਾ ਟਾਈਮ ਹੀ, ਮੈਂ ਅੰਮ੍ਰਿਤਸਰ ਰਹਿੰਦਾ, ਬਾਕੀ ਜਿੱਥੇ ਤੇਰਾ ਨੰਬਰ ਮੇਰਾ